ਪਾਣੀ ਦਾ। ਅਕਬਰ ਨੂੰ ਦਰਬਾਰ ਬੈਠਿਆਂ ਤ੍ਰੇ ਨੇ ਬਹੁਤ ਸਤਾਇਆ, ਸੈਨਿਤ ਹੁੰਦਿਆਂ ਨਫ਼ਰ ਪਿਆਲਾ ਜਲ ਠੰਡੇ ਦਾ ਲਿਆਇਆ। ਪਕੜ ਪਿਆਲਾ ਬਾਦਸ਼ਾਹ ਨੇ ਮੂੰਹ ਨੂੰ ਚਾਇਆ ਲਾਣਾ, ਪਾਸੋਂ ਬੋਲ ਬੀਰਬਲ ਉੱਠਿਆ, ਜ਼ਰਾ ਹੱਥਾ ਟਿਕਾਣਾ, ਪਹਿਲਾਂ ਦੱਸੋ ਆਪ ਇੱਕ ਗੱਲ, ਜੇ ਪਾਣੀ ਮੁੱਕ ਜਾਵੇ ਸਹਿ ਕੋਹਾਂ ਤੱਕ ਯਤਨ ਕੀਤਿਆਂ ਇੱਕ ਬੂੰਦ ਨਾ ਥਿਆਵੇ। ਅਤਿ ਪਿਆਸ ਲੱਗੀ ਹੋਏ ਤੁਹਾਨੂੰ ਜਲ ਬਿਨ ਮਰਦੇ ਜਾਵੋ, ਮਾਹੀ ਵਾਂਗ ਆਪ ਬਿਨ ਤੜਫੋ ਉਲਟ ਬਾਜ਼ੀਆਂ ਖਾਵੋ। ਸੱਚ ਦੱਸੋ ਜੇ ਉਸ ਵੇਲੇ ਕੋਈ ਇੱਕ ਜਲ ਪਿਆਲਾ ਲਿਆਵੇ, ਕੀ ਕੁਝ ਦਿਓ ਹਜ਼ੂਰ ਉਸ ਨੂੰ, ਕੀ ਕੀਮਤ ਉਹ ਪਾਵੇ। ਹੱਸ ਕੇ ਅਕਬਰ ਕਹਿਣ ਲੱਗਾ, ਜੇ ਐਸੀ ਦਸ਼ਾ ਵਿਆਪੇ, ਅੱਧਾ ਰਾਜ ਦਿਆਂ ਮੁੱਲ ਇਸਦਾ ਖੁਸ਼ੀ ਨਾਲ ਮੈਂ ਆਪੇ। ਇਹ ਕਹਿ ਕੇ ਉਹ ਜਲਦਾ ਪਿਆਲਾ ਗਟਗਟ ਸ਼ਾਹ ਚੜਾਇਆ। ਫੇਰ ਬੀਰਬਲ ਨੇ ਸ਼ਾਹ ਅੱਗੇ ਸਵਾਲ ਦੂਸਰਾ ਪਾਇਆ, ਰੁਕ ਜਾਵੇ ਪੇਸ਼ਾਬ ਆਪਦਾ ਜਾਨ ਪਿਆ ਤੜਫਾਵੇ, ਬਚਣ ਲਈ ਉਸ ਕਸ਼ਟੋਂ ਕਿੰਨੇ ਪੀਰ ਪੈਗੰਬਰ ਸੇਵੋ, ਅੱਧਾ ਰਾਜ ਮੰਗੇ ਜੇ ਕੋਈ ਦੇਵੋ ਜਾਂ ਨਾ ਦੇਵੋ। ਚਕਰਿਤ ਹੋ ਸ਼ਾਹ ਬੋਲਿਆ, ਜ਼ਰਾ ਢਿੱਲ ਨਾ ਲਾਵਾਂ, ਬੇਸ਼ੱਕ ਅੱਧਾ ਰਾਜ ਭਾਗ ਮੈਂ ਫੌਰਨ ਭੇਟ ਕਰਾਵਾਂ। ਹੱਸ ਕੇ ਆਖੇ ਬੀਰਬਲ, ਫਿਰ ਇਸ ਤੋਂ ਸਾਬਤ ਹੋਇਆ ਇੱਕ ਪਿਆਲੇ ਜਲ ਦਾ ਮੁੱਲ ਹੈ ਰਾਜ ਤੁਹਾਡਾ ਗੋਇਆ। ਜੋ ਅਣ ਮਿਣਿਆ ਤੁਲਿਆ ਇਹ ਜਲ ਸਭ ਨੂੰ ਮੁਫ਼ਤ ਪਹੁੰਚਾਵੇ, ਉਸ ਰੱਬ ਸੁਥਰੇ ਦੀ ਬਖਸ਼ਿਸ਼ ਦਾ ਬੰਦਾ ਕੀ ਮੁੱਲ ਪਾਵੇ।